إلا بالله الألي العظيم. بسم الله الرحمن الرحيم. الله ابن الحسن علیہ الصلاۃ والسلام، صلواتوں کا بس دو جملے تھوڑے گوش گزار کر کے تے شہزادے دی غربت دا ایک وین کرنا ہے.
ਪੰਜ ਬਾਬਲ ਹਵਾਏ ਜਿਨ ਜਿਨ੍ਹਾਂ ਬੰਦਿਆਂ ਦੀ ਜੀਤ ਮੇਰੇ ਵਾਲੇ ਪਾਸੇ, ਜਿਹੜਾ ਚਾਰ ਦਰਵਾਜ਼ਿਆਂ ਤੋਂ ਹੀ ਖਾਲੀ ਵੱਲ ਆਵੇ ਨਾ, ਮਿੱਟੀਆਂ ਤੇ ਬਹਿ ਕੇ ਰੋਵਾਂ ਨਾ, ਅੱਲਾ ਉਹਦੇ ਵਾਸਤੇ ਆਖਰੀ ਦਰਵਾਜ਼ੇ ਦਾ ਨਾਮ ਹੈ ਰੁਬਾਬ ਦਾ ਚੰਨ। ਮਾਲਿਕ ਤੁਹਾਡੀ ਹਾਏ ਕਬੂਲ ਫਰਮਾਵੇ। ਅੱਠਵੇਂ ਇਮਾਮ ਦਾ ਫਰਮਾਨ ਹੈ, ਬੰਦਾ ਹਾਏ ਕਰ ਛੋੜੇ ਅੱਲਾ ਦੇ ਵਾਜੇ ਬੇਅਜਰ ਡਿਵਣਾ, ਤੁਹਾਡਾ ਹਾਏ ਕਰ ਛੋੜਨੀ ਅਜ਼ੀਮ ਇਬਾਦਤ। ਪਾਕਿਸਤਾਨ ਵਿੱਚੋਂ ਕੁਛ ਜ਼ਵਾਰ ਗਏ ਅੰਕਰ ਬਲਾ, ਕੋਈ ਜ਼ਵਾਰ ਬੈਠੇ ਤਾਂ ਮੇਰੀ ਬਾਤ ਦੀ ਤਾਈਦ ਕਰੇ ਸੀ, ਉਹ ਗੁੰਬਦ ਜਿਹਦੇ ਤਲੇ ਦੁਆਈ ਮੁਸਤਜਾਬ ਹੁੰਦੀਆਂ, ਤਾਂ ਇਕੱਠਾ ਤਵਾਫ ਹੁੰਦਾ, ਉੱਥਾਂ ਇੱਕ ਆਲਮ ਦੀ ਰੋਂਦਾ ਬੈਠਾ ਹੈ। ਤਵੱਜੋ ਕਰੇ ਸੋ ਤਾਂ ਤੁਹਾਡੀ ਹੰਜ ਦਾ ਹੁਸੈਨ ਜ਼ਾਮੇ ਨੇ। ਬਸ ਮੈਂ ਦੋ ਗੱਲਾਂ ਤੋਂ ਬਾਅਦ ਇੱਕ ਵਹਿਣ ਕਰਨਾ ਤੇ ਆਪਣੇ ਵਾਜਬ ਉਲ ਇਹਤਰਾਮ ਭਾਈ ਨੂੰ ਮਿੰਬਰ ਦੇਣਾ ਪਿਆ। ਆਲਮ ਦੀਨ ਭਾਈ ਉਹ ਕੋਈ ਸੱਜੇ ਖੱਬੇ ਲਿਖ ਸੀ ਕਹਾਂ ਡੁੱਕ ਸੀ, ਮੈਂ ਉਸ ਮਜ਼ਲੂਮ ਦੀ ਮਜ਼ਲੂਮੀਅਤ ਖੜਾ ਪੜਦਾ ਜਿਹਦੇ ਝੂਲੇ ਦੀਆਂ ਲੜੀਆਂ ਜੰਨਤ ਦੇ ਮਾਵਾ ਦੇ ਫੁੱਲ ਆਏ, ਤੇ ਸ਼ਾਮੇ ਗਰੀਬਾਂ ਤੋਂ ਬਾਅਦ ਕੁਛ ਜਲੀਆਂ ਹੋਈਆਂ ਲੱਕੜੀਆਂ ਬਣ ਗਈਆਂ। ਅੱਲਾਹੁ ਅਕਬਰ। ਆਲਮ ਦੀਨ ਰੋਂਦਾ ਬੈਠੇ, ਕੁਛ ਜ਼ਵਾਰ ਆਏ, ਕੁਛ ਪਰਦਾਦਾਰ ਆਏ, ਇਵੇਂ ਕਰੀਬ ਆਏ ਪਾਕਿਸਤਾਨੀ ਹੈ ਜੀ ਨਹੀਂ ਹਿੰਦੁਸਤਾਨੀ। ਵਤ ਨਫੀ ਜਵਾਬ, ਮਾਯੂਸ ਹੋ ਕੇ ਵਾਪਸ ਵੱਲਣ ਲੱਗੀਆਂ ਤੇ ਇਸ ਆਲਮ ਦੀਨ ਇਹਨਾਂ ਕੋ ਸੜ ਮਾਰੇ, ਵਾਪਸ ਵੱਲੀਆਂ ਅਦੇ ਮਾਈਆਂ ਮੈਂ ਉਰਦੂ ਸਮਝੇਦਾ ਵੀ ਹਾਂ, ਮੈਂ ਉਰਦੂ ਬੋਲੇਂਦਾ ਵੀ ਹਾਂ, ਤੇ ਨਜਫ ਵਿੱਚ ਆਗਾ ਕਸ਼ਮੀਰੀ ਦੇ ਨਾਮ ਤੋਂ ਮੈਂ ਕੁਛ ਲੈਂਦੇ ਨੂੰ। ਇੱਕ ਮਾਈ ਅੱਗਾ ਵੱਧ ਕੇ ਆਦੀ ਹੈ, ਜੇ ਸਾਡੀ ਸਮਝੇਂਦਾ ਹੈ ਤੇ ਵੱਧ ਸਾਕੂ ਸਮਝਾ ਹੁਸੈਨ ਦੇ ਅਸਲਰ ਦੀ ਕਬਰ ਕਿੱਥਾ ਹੈ। ਭਲਾ ਹੋਵੇ, ਮਰਹਬਾ ਮਰਹਬਾ, ਹੁਸੈਨ ਦੇ ਅਸਲਰ ਦੀ ਕਬਰ ਕਿੱਥਾ ਹੈ। ਇਹ ਜਿਹੜਾ ਆਲਮ ਦੀਨ ਜਵਾਬ ਦਿੱਤਾ ਕਿ ਬੜਾ ਸੁਣਾਵਾਂ, ਅਦਮਾਈਆਂ ਆਲਮ ਦੀਨ ਹੋਣ ਦੇ ਨਾਤੇ ਮੈਂ ਇਤਨਾ ਕੁਛ ਜਾਣਦਾ, ਇੱਕ ਦਫਾ ਤਾਂ ਪਿਓ ਵੱਖਰਾ ਸਮਾਇਆ। ਅੱਲਾਹੁ ਅਕਬਰ। ਬਈ ਮੋਮਨ ਦੇ ਰੋਣ ਤੇ ਕੋਈ ਢਿੱਲ ਲੱਗਦੀ ਹੈ, ਇੱਕ ਦਫਾ ਤਾਂ ਪਿਓ ਵੱਖਰਾ ਸਮਾਇਆ। ਇਸ ਇਲਾਕੇ ਵਾਲੇ ਉਹ ਸਗੀਰ ਸਮਝ ਕੇ ਤੰਗ ਨਜ਼ਰੀ ਨਾ ਕਰਿਆ ਹੈ, ਇਹ ਛੋਟਾ ਜ਼ਰੂਰ ਹੈ ਮਗਰ ਮਿੰਬਰ ਹੁਸੈਨ ਦੇ ਤਕੱਦਸ ਦੀ ਕਸਮ ਹੈ, ਸ਼ਹਾਦਤ ਤੋਂ ਬਾਅਦ ਹੀ ਬਾਬੇ ਦੇ ਦੁੱਖਾਂ ਵਿੱਚ ਸ਼ਰੀਕ ਹੈ। ਇਹ ਤਾਂ ਤੁਹਾਡੇ ਛੋਟੇ ਬੱਚੇ ਜਾਣਦੇ ਹਨ ਜੋ ਤਾਰਾਜੀ ਖਯਾਮ ਤੋਂ ਬਾਅਦ ਲਾਸ਼ਾਂ ਤੇ ਘੋੜੇ ਦੌੜੇ, ਮਿੰਬਰ ਦੀ ਕਸਮ ਹੈ ਸਾਰੀਆਂ ਤੇ ਨਹੀਂ ਦੌੜੇ, ਉਹ ਵਾਰਸ ਥੀਂਦੇ ਰਹਿਣ। ਹਬੀਬ ਦੇ ਹੁਬਦਾਰ ਆ ਗਏ, ਸਈਦ ਦੇ ਸੱਕੇ ਆ ਗਏ, ਹੋਰ ਦੇ ਹਿਮਾਇਤਦਾਰ ਆ ਗਏ, ਹੱਤਾ ਕਿ ਅਲੀ ਅਕਬਰ ਦੀ ਮਾਂ ਦੇ ਰਿਸ਼ਤੇਦਾਰ ਹੀ ਆ ਗਏ, ਲਾਸ਼ਾਂ ਚੈਂਦੇ ਰਹਿਣ। ਉਮਰ ਇਬਨੇ ਸਾਦ ਮੈਂ ਤਪਦੇ ਸਹਾਰਾ ਅੱਧਾ ਘੰਟਾ ਇੰਤਜ਼ਾਰ ਕਰੇਂਦਾ ਰਿਹਾ, ਹੋ ਸਕਦਾ ਹੈ ਮਤਾਂ ਕੋਈ ਪਿਓ ਪੁੱਤਰਾਂ ਦਾ ਵਾਰਸ ਆਉਂਦਾ ਹੋਵੇ। ਆਦਾ ਜਿਹੜਾ ਕੋਈ ਨਹੀਂ ਆਇਆ, ਹੁਸੈਨ ਬਚੜੇ ਤੋਂ ਪਾਈ ਵਧਾ ਕੇ ਆਦਾ, ਅਸਲਰ ਨਾ ਕੋਈ ਤੇਰਾ ਵਾਰਸ ਹੈ ਨਾ ਕੋਈ ਮੇਰਾ ਵਾਰਸ। ਇੱਕ ਦਫਾ ਦਾ ਪਿਓ ਵੱਖਰਾ ਸਮਾਇਆ ਹਾ, ਜ਼ਿਆਰਤ ਇਕੱਠੀ, ਸਲਾਮ ਇਕੱਠਾ, ਸਵਾਲ ਇਕੱਠਾ, ਤੇ ਆਲਮ ਦੀਨ ਹੋਣ ਦੀ ਹੈਸੀਅਤ ਨਾਲ ਆਈਆਂ ਜੋ ਪਾਕਿਸਤਾਨ ਵਿੱਚੋਂ, ਤੇ ਪਹਿਲੇ ਤੇ ਹੱਕ ਬਣਦਾ ਹਾ ਅਕਬਰ ਦਾ ਪੁੱਛੋ, ਤਰਤੀਬ ਹੀ ਬਣਦੀ। ਮਾਈ ਅੱਗਾ ਵੱਧ ਕੇ ਆਦੀਏ ਅਕਬਰ ਦਾ ਪੁੱਛਵਾ, ਆਈਆਂ ਹਾਏ ਪਾਕਿਸਤਾਨ ਚੋਂ ਰੁਬਾਬ ਦੇ ਚੰਨ ਦੇ ਕੁਝ ਚੋਲੇ ਸਿਵਾ ਕੇ, ਅਸਾਂ ਮਾਸੂਮ ਦੀ ਕਬਰ ਤੇ ਚੋਲੇ ਚਰਕ ਸੂ, ਸੱਜੋ ਸੁੱਤਾ ਹੈ ਤਾਂ ਸੱਜੋ ਚਰਕ ਸੂ, ਖੱਬੋ ਸੁੱਤਾ ਹੈ ਤਾਂ ਯਾਰ ਹਮਕੁਮ ਅੱਲਾ। ਬਸ ਬਈ ਮੈਂ ਵਹਿਣ ਕਰਾਂ, ਇਹ ਚਲੀਆਂ ਗਈਆਂ, ਇਹ ਆਗਾ ਕਸ਼ਮੀਰੀ ਬਿਸਤਰੇ ਖਾਬ ਤੇ ਵੰਜ ਸੁੱਤਾ, ਆਲਮੇ ਖਾਬ ਵਿੱਚ ਹਾਤਫ ਦੀ ਆਵਾਜ਼ ਆਈ, ਕਸ਼ਮੀਰੀ ਜਾਗ ਹੁਸੈਨ ਆ ਗਏ,
ਜਾਂ ਬੰਦੇ ਦੀ ਦੀਦ ਮੇਰੇ ਵਾਲੇ ਪਾਸੇ ਤੇ ਘਰੋਂ ਹੁਸੈਨ ਦੇ ਦੁੱਖਾਂ ਤੇ ਰੋਣ ਆਇਆ ਬੈਠੇ ਸਰ ਚਾਵੇਂ ਮੇਰੇ ਵਾਲੇ ਪਾਸੇ ਦੇਖੇ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਸ਼ਮੀਰੀ ਜਾਗ ਹੁਸੈਨ ਆ ਗਿਆ ਤੇ ਮੌਲਾ ਮੈਂ ਤਾਂ ਲੱਖਾਂ ਅਮਲ ਕੀਤੇ ਲੱਖਾਂ ਵਾਰ ਅਮਲ ਕੀਤੇ ਨੇ ਜੋ ਜ਼ਿਆਰਤ ਕਰਾਂ ਮੌਲਾ ਫਰਮਾਇਆ ਜ਼ਿਆਰਤ ਨਾ ਕਰੇ ਸਾ ਅਦੇ ਮੌਲਾ ਮੇਰਾ ਕੋਈ ਜੁਰਮ ਮੇਰੇ ਮੌਲਾ ਫਰਮਾਇਆ ਨੇ ਉਹਨਾਂ ਦਾ ਇਹੋ ਕੁਝ ਜੁਰਮ ਹੈ ਜੋ ਪਾਕਿਸਤਾਨ ਵਿੱਚ ਚੋਲੇ ਜਾ ਕੇ ਪੁਰੀਆ ਜ਼ਿੰਦਗੀ ਦਾ ਰਾਜ਼ ਉਹਨੇ ਪੁੱਛਾ ਤਾਂ ਤੇਰੇ ਕੋਲ ਮੇਰੇ ਬਚੜੇ ਦੀ ਕਬਰ ਹੀ ਨੇ ਦੱਸੀ ਕਿਉਂ ਨਹੀਂ ਵੀ ਅਦੇ ਮੌਲਾ ਤੁਸਾਂ ਮੇਰੇ ਬਾਤਨ ਤੋਂ ਵਾਕਿਫ ਹੋ ਮੈਂ ਕਹਿ ਸੱਚੀ ਜਾਂ ਝੂਠੀ ਰਿਵਾਇਤ ਵਿੱਚ ਨਹੀਂ ਪੜਾ ਜੋ ਤੁਹਾਡੇ ਸੱਜੋ ਸੁੱਤਾ ਹੈ ਜਾਂ ਖੱਬੋ ਸੁੱਤਾ ਹੈ ਉਹ ਜੁਮਲਾ ਹੈ ਜਿਸ ਤੇ ਮਜਲਸਾਂ ਮੁੱਕ ਵੈਂਦੀਆਂ ਸੱਜੋ ਸੁੱਤਾ ਹੈ ਜਾਂ ਖੱਬੋ ਸੁੱਤਾ ਹੈ ਮੇਰੇ ਮੌਲਾ ਫਰਮਾਉਂਦੇ ਨੇ ਕਸ਼ਮੀਰੀ ਤੇਰੀ ਔਲਾਦ ਕੋਈ ਨਹੀਂ ਹੁਣ ਦੇਖੇ ਮੇਰੇ ਵਾਲੇ ਪਾਸੇ ਆਦੇ ਮੌਲਾ ਹੈ ਮੇਰੇ ਮੌਲਾ ਫਰਮਾਉਂਦੇ ਨੇ ਅਗਰ ਤੇਰੀ ਔਲਾਦ ਹੈ ਵਤ ਸ਼ੀਆ ਬਣ ਕੇ ਨਹੀਂ ਔਲਾਦ ਵਾਲਾ ਬਣ ਕੇ ਦੱਸਾ ਤੇਰਾ ਛੋਟਾ ਪੁੱਤਰ ਜੋ ਜ਼ਖਮੀ ਹੋਵੇ ਤੂੰ ਕਿੱਥਾ ਰੱਖ ਸਿਆ ਦਾ ਮੌਲਾ ਫਿਤਰਤ ਇਨਸਾਨੀਅਤ ਤੇ ਪੁੱਤਰ ਜ਼ਖਮੀ ਹੋਵੇ ਮਾਂ ਪਿਓ ਹਾਂ ਤੇ ਰੱਖ ਦੇਣ ਮੇਰੇ ਮੌਲਾ ਰੋ ਕੇ ਫਰਮਾਉਂਦੇ ਵਤ ਮੇਰੇ ਜ਼ਵਾਰਾਂ ਕੋ ਸਵੇਰੇ ਗੋਲ ਕੇ ਦੱਸੇ ਜਦਾਂ ਮੇਰਾ ਅਸਗਰ ਟੁੜਾ ਮੇਰੇ ਅਸਗਰ ਦੀ ਕਬਰ ਹੀ ਮੇਰੇ ਹਾਂ ਫਰਮਾਇਆ ਜਦਾਂ ਦਾ ਦੁਨੀਆ ਤੋਂ ਟੁਰਿਆ ਹੈ ਮੈਂ ਉਹਦੀ ਗਲਨ ਚੁੰਮਦਾ ਉਹ ਮੇਰੀ ਦਾਹਰੀ ਚੁੰਮਦਾ ਹੈ ਤੇ ਰੋ ਰੋ ਕੇ ਕਹਿ ਲਿਆ ਦੇ ਬਾਬਾ ਮੇਰੀ ਮਾਂ ਦੀ ਕਬਰ ਟੁੱਟ ਗਈ ਬਸ ਬਈ ਮੈਂ ਵੈਣ ਕਰਾਂ ਮਾਲਕ ਕਾਇਨਾਤ ਕਦੇ ਹੰਝੂ ਕਬੂਲ ਫਰਮਾਵੇ ਇੱਜ਼ਤ ਆਲਿਆ ਵਾਲੀ ਹਸੈਨ ਦੀ ਜੋੜੀ ਤੁਰੰਦ ਮੇਰਾ ਮਜ਼ਲੂਮ ਇਮਾਮ ਮੇਣ ਦੇ ਖੇਮੇ ਚਾ ਖੜੇ ਇਸ ਗਰਦ ਨਾਲ ਆ ਖੜੇ ਨਸਲ ਮੁਕਾਈ ਬੈਠੀ ਹੈ ਹੋ ਸਕਦਾ ਏ ਮੇਰੇ ਸ਼ਰਮ ਤੋਂ ਰੋਵੇ ਨਹੀਂ ਸੈਯਦਾ ਦੇ ਨਾ ਰੋਵਨ ਦੀ ਵਜ੍ਹਾ ਤੋਂ ਜ਼ਹਿਨ ਦੇ ਅਸਰ ਆ ਸਕਦਾ ਏ ਭੇੜ ਫਿਰਾ ਕੁਆਂਦਾ ਜਿੱਠਾ ਏ ਦਿਲ ਚ ਸੋਚੇ ਸਗਰ ਮੈਂ ਰੋਂਦੀ ਆਵਾ ਤੂੰ ਹੁਸੈਨ ਰੂਸੀ ਅੱਲਾਹੁ ਅਕਬਰ ਅੱਲਾਹੁ ਅਕਬਰ ਬੀਬੀਆ ਦੀਏ ਅਗਰ ਸ਼ਬੀਰ ਨੂੰ ਨਾ ਮੇਰੇ ਵੀਰ ਦੇ ਹੌਸਲੇ ਨਾ ਤਰੁੱਟ ਵੰਜਣ ਜਿਵੇਂ ਜੋ ਤੁਰ ਤੁਰ ਫਿਰਾ ਦੇ ਦੀ ਪਈਏ ਮੁਸਕੁਰਾ ਪਈਏ ਮੇਰੀ ਆਕਜ਼ਾ ਦੀ ਮਿੰਬਰ ਦੀ ਕਸਮ ਹੈ ਫਿਰਾ ਦੇ ਗਲ ਚ ਪਾਈ ਪਾ ਕੇ ਆ ਦੀਏ ਦਸਾ ਕੁਰਬਾਨੀਆਂ ਕੋ ਰੰਗ ਲੱਗਈਆ ਕੋਈ ਨਾ ਸਯਾਦਾ ਦੇ ਅੰਮਾ ਦੀ ਜਾਈ ਹੁਣ ਮੈਂ ਗਰੀਬ ਸਦਕੇ 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 ਸਯਾਦਾ ਦੇ ਜੀ ਬਿਸਮਿਲ੍ਲਾ ਕਰਾਂ ਨਾ ਕਰਾਂ ਮੈਂ ਹਜ਼ਾਰ ਦਫਾ ਖਾਵਾਂ ਲਈ ਗਰੀਬ ਤਾਂ ਹੋ ਗਈਆਂ ਮਗਰ ਦਿਲ ਚਾਹੁੰਦਾ ਇਸਲਾਮ ਕੋ ਉਹ ਆਬੇ ਹਯਾਤ ਪਿਵਾਵਾਂ ਜਿਹਦੇ ਪੀਵਨ ਦੀ ਵਜ੍ਹਾ ਦੇ ਨਾਲ ਕੋਈ ਯਜ਼ੀਦ ਕਿਆਮਤ ਵਾਲੇ ਦੀ ਤਾਈ ਇਸਲਾਮ ਦੀਆਂ ਬੁਨਿਆਦਾਂ ਖੋਖਲੀਆਂ ਨਾ ਕਰ ਸਕੇ ਬੀਬੀਆ ਦੀਏ ਕਿਹੜਾ ਬੇਹਯਾ ਸੈਯਦਾ ਦੇ ਮੇਰੀ ਛੀਆਂ ਮਹੀਨਿਆਂ ਦੀ ਕੁਰਬਾਨੀ ਮੇਰਾ ਕਿੱਸਾ ਬਚੜਾ ਆਵਾਜ਼ਾਂ ਦੀ ਅਮਰਾਉਲ ਕੈਸ ਦੀ ਧੀਰ ਕਾਰ ਤਾਂ ਨਹੀਂ ਕਰਨਾ ਮਤ ਅੰਧੇਰ ਕਰ ਛੋੜੇ ਸੈਯਦਾ ਦੇ ਅਗਰ ਦੇਰ ਕਰੇ ਵੱਧ ਮਿੰਨਤ ਲਾ ਮੇਰੇ ਨਾਲ ਤੋਂ ਲਗੀ ਆ ਮੇਰੀ ਸਿਫਾਰਿਸ਼ ਤੂੰ ਚੱਕਰੇ ਰੋਣ ਵਾਲੇ ਲੋਗੋ ਭੇਣ ਤੇ ਫਿਰਾ ਟੁਰ ਪੈਣ ਮੇਰਾ ਇਮਾਮ ਅਲੀ ਅਸਗਰ ਦੀ ਮਾਂ ਦੇ ਖੈਮੇ ਚਾ ਖੜੀ ਮਿੰਬਰ ਦੀ ਕਸਮ ਏ ਸੈਯਦਾ ਦੇ ਅਸਗਰ ਦੀ ਮਾਂ ਮੇਰੇ ਅਸਗਰ ਦਾ ਕੀ ਹਾਲ ਸੁਣ ਸੋਵੇਣ ਜਵਾਨੋ ਬੀਬੀ ਦਾ ਵੈਣ ਆਏ ਫਰਮਾਇਆ ਮੌਲਾ ਜਿਹੜੇ ਟੈਮ ਦਾ ਅਲੀ ਅਕਬਰ ਲੱਥਾ ਏ ਉਹ ਵੇਲੇ ਦਾ ਪੀਂਘੇ ਦੀਆਂ ਤਨਾ ਬਾਨਾ ਫੁਟੇ ਉੱਠੀ ਖੜਦਾ ਏ ਹਸਰਤ ਦੇ ਨਾਲ ਮੈਦਾਨ ਵਾਲੇ ਪਾਸਰੇ ਲਾਏ ਜਿਵੇਂ ਆਪਣੀ ਜ਼ੁਬਾਨ ਚਾਹਦਾ ਪਿਆ ਹੋਏ ਅੱਜ ਮੈਂ ਹੀ ਜਵਾਨ ਹੋਵਾਂ ਸਦਕੇ ਸਦਕੇ ਮੈਦਾਨ ਚ ਵੱਜ ਕੇ ਪੁੱਛਾਂ ਮੇਰੇ ਅਕਬਰ ਗੁਨੇਲਾ ਕਿਵੇਂ ਮਰੇਂਦੇ ਮਿੰਬਰ ਦੀ ਕਸਮ ਏ ਸੈਯਦਾ ਦਾ 151 ਆਖਰੀ ਜੁਮਲਾ ਤੇ ਦੁਆ ਕਰੇਂਦਾ ਪਿਆ 151 ਇਕੋ ਪਾਣੀ ਪੀਵਾਵਾ ਮਾਂ ਦਾ ਦੁੱਖਾ ਵੈਣ ਆਇਆ ਏ ਬੀਬੀਆ ਦੀ ਮੌਲਾ ਇਹ ਤਾਂ ਤੇਰਾ ਅਹਿਸਾਨ ਏ ਸੈਯਦਾ ਦੇ ਰੁਬਾਬ ਜਿਗੀਆਂ ਗਾਲੀ ਨਾ ਕਰ ਅਹਿਸਾਨ ਮੇਰਾ ਨਹੀਂ ਅਹਿਸਾਨ ਤਾਂ ਤੇਰੇ ਆਵਾਜ਼ ਆਉਂਦੀਆਂ ਝੋਲੀਆਂ ਵਾਲੇ ਬੱਚੇ ਮਾਵਾਂ ਖੇਡਣ ਕਾਣੀ ਨਹੀਂ ਦਿੰਦੀਆਂ ਤੂੰ ਮੈਦਾਨ ਪਈ ਤੁਰੇਂਦੀ ਏ
ہاتھ جوڑ کے آنی میرے آقا احسان میرا نہیں احسان تے دے ہر کہنے بچڑے گمڑے تے سار کی تھی میرا اپنا مقصود میرا آپ چاہیے صدقے 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 آوارا دی کٹھے نونجا ایکو پانی پیوا ماں دا رکھ وینا ہے دودھیا دی مولا ماں سمجھ کے نہیں نکنی سمجھ کے ایک لالا میں پوچھ دے آوارا دی کٹھیا دیوا ایکو نوی پوشاک پوا جرنیل عباس دی فوج دا آخری سپاہی تیار کرا بی بی آدھے باہر تیرے دشمن کمینے کھڑے رمتا چاکھن ماں تو خاص پہ گھلا ہے سیدہ روات دیر نہ کرے اتنا روسیں جتنا بیڑ تے بھیرا چاندنا ممبر دی قسمیں میرے امام نٹھے منظر فرمایا دیر نہ کرے میری سین آئی علیہ دا خیمیں بچڑے کو چاک ہنائیے ممبر دی قسمیں نوی پوشاک پروائیے خوشک والا دے درمیان انگلیاں دے نال تنگی دوائیے ایک دفعہ میری سین بچڑے کو تیار دیتھئی ممبر دی قسمیں میری سین دی حسرت دی ہانجا کھچو نکلیے بال دے موت آئیے معصوم سمجھیا پانیے شکایت نہ کر سیدہ دائے بیا میں کو مجبوری نہ سمجھ منت لا برکا پا گھوڑے تے سوارو آواز آنیے میں فوجا ہٹینا موجود نال تے گوتن پہنچینا شام جارے میری زینب جارے آواز آنیے شام جارے Thank you.